ਆਪਣਾ ਲਿਖਿਆ ਕੋਈ ਗਾਣਾ ਸੁਣਾ ਦੋ। ਸਿਟੀ ਮਾਰ ਕੇ ਬੁਲਾਉਣੋ ਹਟ ਜਾ, ਹਾਂ ਨੀ ਸਾਡੀ ਗਲੀ ਗੜੇ ਲਾਉਣੋ ਹਟ ਜਾ। ਓ ਨੋ, ਇਹ ਤੁਸੀਂ ਆਪ ਲਿਖਿਆ? ਹਾਂਜੀ। ਕਿਸੇ ਹੋਰ ਸਿੰਗਰ ਦਾ ਨਹੀਂ ਗਾ ਰਹੇ? ਨਹੀਂ ਨਹੀਂ, ਇਹ ਤੁਹਾਡਾ ਆਪਣਾ ਹੈ? ਹਾਂਜੀ ਹਾਂਜੀ। ਮਿਸ ਪੂਜਾ ਤੇ ਗੀਤਾ ਜੈਲਦਾਰ ਜੇ ਕਹਿ ਦੇਣੇ ਗਾਣਾ ਮੇਰਾ ਆ ਬਾਈ, ਤੋਂ ਤੇ ਲਿਖਿਆ ਤੇ ਆ ਪਹਿਲਾਂ ਮੈਂ ਇਹ ਚੇਤੇ ਤੇ ਕਰਦੇ ਰਹੇ। ਕਦੀ ਇਸ਼ਕ ਹੋਇਆ, ਪਿਆਰ ਹੋਇਆ, ਮੁਹੱਬਤ ਹੋਈ? ਉਮਰ ਸਾਰੀ ਮੁਹੱਬਤ ਵਾਲੇ ਕਿਸੇ ਨਾਲ ਨਹੀਂ। ਓ ਨੋ, ਮੁਹੱਬਤ ਤੇ ਆਪਾਂ ਕਰਨੀ ਨਹੀਂ ਹਲੇ। ਇੰਨੀ ਦੂਰੀ ਕਾਹਤੋਂ ਕੁੜੀਆਂ ਤੋਂ? ਦੂਰੀ ਤੇ ਮੈਡਮ ਜੀ ਇਹੋ ਹੀ, ਜੇ ਫੱਕਰ ਹੈ ਤੇ ਫੱਕਰ ਬਣ ਕੇ ਤਾਂ ਰਹਿਣਾ ਚਾਹੀਦਾ। ਓ ਨੋ, ਤੇ ਜੇ ਕੋਈ ਕੁੜੀ ਆ ਕੇ ਕਹਿ ਦੇਵੇ ਮੈਨੂੰ ਤੁਹਾਡੇ ਨਾਲ ਮੁਹੱਬਤ ਆ, ਆਪਾਂ ਦੇ ਪਰੇ ਪਿੱਛੇ ਪਿੱਛੇ ਹਟ ਜਾਣਾ। ਇਹਦਾ ਕੀ ਪਲਾਨ ਆ ਤੁਹਾਡਾ ਹੁਣ ਅੱਗੇ ਕੀ ਕਰਨਾ? ਗਾਣੇ ਤਾਂ ਗਾ ਲਏ, ਕੀ ਤੁਸੀਂ ਗਾਹਾਂ ਕੋਈ ਹੋਰ ਪ੍ਰੋਜੈਕਟ ਵੀ ਕਰਨਾ? ਬਣਾਵਾਂਗੇ ਕੋਤਾ ਕੁਛ ਬਣਾਵਾਂਗੇ ਜਾਂ ਟੈਟੂ ਬਣਾਉਣੇ ਸਿੱਖਾਂਗੇ। ਓ ਨੋ, ਨਹੀਂ ਟੈਟੂ ਬਣਾਉਣਾ ਤਾਂ ਸੋਨੂ ਸੀਤੋ ਵਾਲਾ ਟੈਟੂ ਬਣਾਉਣਾ ਸਿੱਖ ਰਿਹਾ ਤੇ ਤੁਸੀਂ ਟੈਟੂ ਵੀ ਬਣਾ ਸਕਦੇ ਆ। ਪਹਿਲਾਂ ਕਿਸੇ ਨੇ ਬਾਣੀ ਫੜੀ ਨਹੀਂ ਸੀ, ਇਹਨਾਂ ਨੇ ਫੜੀ ਬਾਂ? ਹਾਂ ਬਾਂ ਇਹਨਾਂ ਨੇ ਫੜੀ, ਵੀ ਜੋ ਜੋ ਸ਼ਬਦਾ ਪਤਾ ਤਾਂ ਘਰੇ ਦੇ ਕੇ ਤੇ ਖੰਡ ਚਾਹ ਦੇ ਕੇ ਆਉਂਦੇ ਆ ਗੁਰਦੇਵ ਜੀ ਨੇ ਤੇ ਗੁਰਪ੍ਰੀਤ ਜੀ ਨੇ, ਹਨਾ? ਪਰ ਮੈਂ ਤੁਹਾਡੇ ਮੂੰਹੋਂ ਜਾਣਨਾ ਚਾਹੁੰਦੀ ਕਿ ਤੁਹਾਡੇ ਘਰ ਦੇ ਹਾਲਾਤ ਕੀ ਆ? ਨਾ ਕੋਈ ਸਾਡੀ ਸੁਣਦਾ ਤੇ ਨਾ ਸੁਣਾਈ ਕਰਦਾ ਕੋਈ। ਓ ਨੋ, ਗਾਣਾ ਸੁਣ ਲਈਏ ਫਿਰ ਹੁਣ ਆਪਾਂ, ਬਹੁਤ ਸੀਰੀਅਸ ਗੱਲਾਂ ਹੋ ਗਈਆਂ, ਹੁਣ ਮਨੋਰੰਜਨ ਵੀ ਕਰਦੀ ਹੈ ਲੋਕਾਂ ਦਾ। ਕਰ ਦਿੰਦੇ ਮੈਡਮ। ਤੇਰੇ ਗੁੱਟ ਨੂੰ ਕਵਾਂ ਸਰਦਾ ਹਰ ਨੀਏ, ਓ ਡਾਇਮੰਡ ਦੀ ਚਾਂਜਰ ਪਾ ਦਾਂਗੇ। ਓ ਨੋ, ਸਤਿ ਸ਼੍ਰੀ ਅਕਾਲ। ਵਨ ਇੰਡੀਆ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਸੋਸ਼ਲ ਮੀਡੀਆ 'ਤੇ ਅੱਜ ਦੇ ਜੋ ਚਹੇਤੇ ਬਣੇ ਹੋਏ ਨੇ, ਜਿਨ੍ਹਾਂ ਦੀਆਂ ਵੀਡੀਓਜ਼ ਅਸੀਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਦੇਖ ਰਹੇ ਹਾਂ, ਜੋ ਵਾਇਰਲ ਵੀ ਹੋ ਰਹੇ ਨੇ, ਜਿਨ੍ਹਾਂ ਦੇ ਗਾਏ ਗੀਤ ਵਾਇਰਲ ਹੋ ਰਹੇ ਨੇ, ਹਾਲਾਂਕਿ ਲੋਕ ਉਹਨਾਂ ਨੂੰ ਦੇਖਣਾ ਪਸੰਦ ਵੀ ਕਰਦੇ ਨੇ ਅਤੇ ਕੁਝ ਲੋਕ ਉਹਨਾਂ ਨੂੰ ਟ੍ਰੋਲ ਵੀ ਕਰਦੇ ਨੇ। ਸੋ ਬਿਲਕੁਲ ਮੇਰੇ ਨਾਲ ਮੌਜੂਦ ਨੇ ਸੋਨੂ ਸੀਤੂ ਵਾਲਾ, ਬਹੁਤ ਬਹੁਤ ਸਵਾਗਤ ਹੈ ਜੀ ਵਨ ਇੰਡੀਆ ਪੰਜਾਬੀ 'ਤੇ। ਸਤਿ ਸ਼੍ਰੀ ਅਕਾਲ ਮੈਡਮ। ਅੱਛਾ ਸੋਨੂ ਜੀ, ਮੈਂ ਜਿੱਦਾਂ ਕਿਹਾ ਕਿ ਬਹੁਤ ਲੋਕ ਪਿਆਰ ਵੀ ਕਰਦੇ ਆ ਅਤੇ ਬਹੁਤ ਲੋਕ ਟ੍ਰੋਲ ਵੀ ਕਰਦੇ ਆ, ਹੈ ਨਾ? ਕੁਝ ਲੋਕ ਤੁਹਾਨੂੰ ਕਹਿੰਦੇ ਕਿ ਕੀ ਗਾਈ ਜਾਂਦਾ ਜਾਂ ਗਾਉਣਾ ਆਉਂਦਾ ਨਹੀਂ ਉਹ। ਮੈਂ ਜਾਣਨਾ ਚਾਹੁੰਦੀ ਹਾਂ ਕਿ ਜਦੋਂ ਤੁਹਾਨੂੰ ਲੋਕ ਟ੍ਰੋਲ ਕਰਦੇ ਨੇ, ਇੱਕ ਤਾਂ ਇੱਕ ਪਾਸੇ ਤਾਂ ਹੋ ਗਏ ਪਿਆਰ ਕਰਨ ਵਾਲੇ ਜਿਹੜੇ ਬਹੁਤ ਪਿਆਰ ਕਰਦੇ, ਇੱਕ ਪਾਸੇ ਹੋ ਗਏ ਟ੍ਰੋਲ ਕਰਨ ਵਾਲੇ ਜਾਂ ਜਿਹੜੇ ਮਾੜਾ ਬੋਲਦੇ ਨੇ, ਸੋ ਤੁਸੀਂ ਮਾੜਾ ਬੋਲਣ ਵਾਲਿਆਂ ਦੀ ਗੱਲ ਨੂੰ ਦਿਲ 'ਤੇ ਨਾ ਕਿਵੇਂ ਲਾਉਂਦੇ ਹੋ? ਮਤਲਬ ਗੱਲ 'ਤੇ ਦਿਲ 'ਤੇ ਨਹੀਂ ਲਾਉਂਦੇ ਉਹਨਾਂ ਦੀ, ਉਹ ਕਿੱਦਾਂ ਤੁਸੀਂ ਹੈਂਡਲ ਕਰਦੇ ਆ? ਹੈਂਡਲ ਮੈਂ ਮੈਡਮ ਜੀ ਇਹੋ ਆਪਾਂ ਤੇ ਪਤੇ ਵੇਖੀ ਦਾ ਨਹੀਂ ਉਹਨਾਂ ਨਾਲ ਵੇਖੀ ਦਾ ਨਹੀਂ ਆ, ਤੇ ਆਪਾਂ ਤੇ ਪਤੇ ਆਖੀ ਜਾਂਦੇ ਤੇ ਜਿਹੜਾ ਕਰਦਾ ਤੇ ਆਪਾਂ ਪਿੱਛੇ ਵੇਖੀ ਦਾ ਨਹੀਂ ਕੁਛ ਵੀ ਉਹਨਾਂ ਨਾਲ। ਅੱਛਾ, ਤੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਹਾਂ ਵੀ ਤੁਹਾਡੇ ਬਹੁਤ ਸਾਰੇ ਗਾਣੇ ਵਾਇਰਲ ਵੀ ਹੁੰਦੇ ਆ, ਹੈ ਨਾ? ਸੋ ਇੱਕ ਪਿੱਛੇ ਸਪੋਰਟ ਚਾਹੀਦੀ ਹੁੰਦੀ ਹੈ ਸਾਨੂੰ, ਸੋ ਸਪੋਰਟ ਕਰਨ ਵਾਲੇ ਕੌਣ ਆ, ਤੁਹਾਨੂੰ ਅੱਗੇ ਲੈ ਕੇ ਆਉਣ ਵਾਲਾ ਕੌਣ ਆ? ਆ ਭਾਜੀ ਹੁਣੀ ਆ ਉਸਤਾਦ ਜੀ ਮੇਰੇ। ਮੈਂ ਦੱਸ ਦੇਣਾ ਚਾਹੁੰਦੀ ਹਾਂ, ਗੁਰਦੇਵ ਜੀ ਬੈਠੇ ਨੇ ਔਰ ਗੁਰਪ੍ਰੀਤ ਜੀ ਨੇ, ਉਹਨਾਂ ਦੇ ਨਾਲ ਸਾਥੀ ਅਜੇ ਜੀ,
ਤੇ ਜਸਕਰਨ ਜੀ ਨੇ ਇਹਨਾਂ ਦੇ ਸਾਥੀ ਹੈ ਜਿਹੜੇ ਇਹਨਾਂ ਨੂੰ ਸਪੋਰਟ ਕਰਦੇ ਨੇ। ਹਾਂਜੀ, ਸੋ ਬਲੱਡ ਲਾਈਨ ਟੈਟੂ ਜਿਹੜੇ ਨੇ ਉਹ ਇਹਨਾਂ ਨੂੰ ਸਪੋਰਟ ਕਰ ਰਹੇ ਨੇ। ਔਰ ਮਤਲਬ ਜੇ ਗੱਲ ਕਰਾਂ, ਮੈਂ ਸੁਣਿਆ ਕਿ ਤੁਹਾਡੇ ਨਾਮ ਤੋਂ ਪੈਸੇ ਵੀ ਠੱਗੇ ਜਾਂਦੇ ਨੇ, ਉਹ ਕੌਣ ਨੇ? ਉਹ ਜੀਰੇ ਤੋਂ ਮੈਡਮ ਜੀ, ਨਾਂ ਵੀ ਤੇ ਦੱਸ ਦਾਂਗੇ, ਜਿਹੜੇ ਪੈਸੇ ਕਢਾ ਕੇ ਤੇ ਖਾਧੀ ਜਾਂਦੇ। ਇਹਨਾਂ ਨੂੰ ਆਖੀਦਾ ਇਹੋ, ਜੇ ਪੈਸੇ ਪਹੁੰਚਾ ਕੇ ਤੇ ਕਿੱਥੇ ਕੇ ਚਲ ਜਾਓਗੇ, ਉਹ ਵੇਖਣ ਵਾਲਾ ਨਾਲਾ ਕੱਢਣ ਵਾਲਾ ਪਰਾ ਹੋ ਕੇ ਕਿ ਨਿਕਲਦਾ ਹੁੰਦਾ ਜਿਹੜਾ ਖਾਂਦਾ। ਮਤਲਬ ਸੋਨੂ ਸਿੱਧੂ ਦੇ ਨਾਮ ਤੋਂ ਜਿਹੜੇ ਪੈਸੇ ਖਾ ਰਹੇ ਨੇ ਉਹਨਾਂ ਨੂੰ ਇੱਕੋ ਚੀਜ਼ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਉਹ ਖਾਣੇ ਬੰਦ ਕਰ ਦੇਣ। ਸੋ ਕਦੀ ਗੱਲ ਹੋਈ ਉਹਨਾਂ ਨਾਲ ਤੁਹਾਡੀ? ਗੱਲ ਤੇ ਮੈਡਮ ਜੀ, ਮੈਂ ਤੇ ਪਹਿਲਾਂ ਤੇ ਮੈਨੂੰ ਤੇ ਸੱਦਦੇ ਰਹੇ, ਸੱਦ ਸੱਦ ਕੇ ਤੇ ਵੀਡੀਓ ਪਹਿਲਾਂ ਬਣਾਉਂਦੇ ਰਹੇ, ਦੋ ਤੋਂ ਬਾਅਦ ਤੇ ਵੀਡੀਓ ਤੋਂ ਵੀਡੀਓ ਪੈਸੇ ਆਉਣ ਲੱਗ ਪਏ, ਪੈਸੇ ਸਹਿਜੇ ਸਹਿਜੇ ਦੱਸਿਆ ਨਹੀਂ, ਆਪਦਾ ਅਕਾਊਂਟ ਲਾ ਲਿਆ ਉਹਨਾਂ ਨੇ। ਅੱਛਾ, ਮੋਬਾਈਲ ਤੇ ਅਕਾਊਂਟ ਲਾ ਕੇ ਤੇ ਸਾਰਾ ਕੁਛ ਖਾਧੀ ਜਾਂਦਾ। ਤੇ ਸੋਨੂੰ ਸਿੱਧੂ ਜੀ, ਪਰਿਵਾਰ ਦੇ ਵਿੱਚ ਮੰਮੀ ਪਾਪਾ ਤੇ ਭੈਣ ਦਾ ਤਾਂ ਹਾਲ ਹੀ ਦੇ ਵਿੱਚ ਵਿਆਹ ਹੋਇਆ ਨਾ, ਕੌਣ ਕੌਣ ਆ ਪਰਿਵਾਰ ਦੇ ਵਿੱਚ ਹੋਰ? ਭੈਣ ਤੇ ਇੱਕ, ਤਿੰਨ ਭਰਾ ਸੀ, ਇੱਕ ਗੁਜ਼ਰ ਗਿਆ ਸੀ, ਦੂਜੀ ਦਾ ਭਤੀ ਦਾ ਵਿਆਹ ਕੀਤਾ ਸੀ। ਅੱਛਾ ਜੀ। ਉਹ ਤੋਂ ਬਾਅਦ ਤੇ ਵਿਆਹ ਕਰਕੇ ਤੇ ਬੈਡ ਲੈ ਕੇ ਦਊਂਗਾ ਗਾ, ਬੜਾ ਬੜਾ ਕੁਛ ਸੋਚਣ ਦਿਆ ਮੈਂ ਘਰ ਬਾਰੇ ਵੀ, ਮੈਂ ਮੈਡਮ ਜੀ ਇਹੋ ਮੈਂ ਆਖਣ ਦਿਆ ਸੀ, ਮੈਨੂੰ ਤੇ ਜਦੋਂ ਧੱਪ ਚੜਾ ਦੇਣਾ, ਅੱਕੇ ਸੜੇ ਨੇ ਬੰਦੇ ਨੇ ਬਾਹਰੋਂ ਅੰਦਰ ਆਉਣਾ ਹੁੰਦਾ, ਇਸੇ ਕਰਕੇ ਤੇ ਲੜਾਈ ਡੇਲੀ ਪਾ ਲੈਂਦੇ ਸੀ। ਹੁਣ ਤੇ ਆਪਦੀ ਸੁਧਰਨਾ ਪੈਂਦਾ, ਹੁਣ ਨਹੀਂ ਲੜੀਦਾ ਨੀ। ਅੱਛਾ, ਲਿਖਣ ਦਾ ਬਹੁਤ ਸ਼ੌਂਕ ਆ ਤੁਹਾਨੂੰ, ਹੈ ਨਾ? ਹਾਂਜੀ। ਆਪਣਾ ਲਿਖਿਆ ਕੋਈ ਗਾਣਾ ਸੁਣਾ ਦਿਓ। ਸਿਟੀ ਮਾਰ ਕੇ ਬੁਲਾਉਣ ਹਟੇ ਜਾਹਾ, ਨੀ ਸਾਡੀ ਗਲੀ ਗੜੇ ਲਾਉਣ ਹਟੇ ਜਾਹਾ, ਔਰ ਤੂੰ ਵੀ ਵੰਗਾ ਛਣੀ ਕੌਣ ਹਟੇ ਜਾਹਾ, ਨੀ ਸਾਡੀ ਗਲੀ ਗੜੇ ਲਾਉਣ ਹਟੇ ਜਾਹਾ, ਔਰ ਤੂੰ ਵੀ ਸਿਟੀ ਮਾਰ ਕੇ ਬੁਲਾਉਣ ਹਟੇ ਜਾਹਾ, ਨੀ ਸਾਡੀ ਗਲੀ ਗੜੇ ਲਾਉਣ ਹਟੇ ਜਾ। ਤੁਸੀਂ ਆਪ ਲਿਖਿਆ? ਹਾਂਜੀ। ਕਿਸੇ ਹੋਰ ਸਿੰਗਰ ਦਾ ਨਹੀਂ ਗਾ ਰਹੇ? ਨਹੀਂ ਨਹੀਂ, ਇਹ ਤੁਹਾਡਾ ਆਪਣਾ ਹੈ। ਹਾਂਜੀ ਹਾਂਜੀ। ਅੱਛਾ, ਮਤਲਬ ਜੇ ਕਿਸੇ ਨੇ ਕਹਿਤਾ ਕਿ ਤਾਂ ਗਾਣਾ ਮੇਰਾ, ਫਿਰ ਕੀ ਕਰੂੰਗੇ? ਉਹ ਕੋਈ ਗੱਲ ਨਹੀਂ, ਆਪਾਂ ਮੈਡਮ ਜੀ ਜਿਹੜਾ ਆਉਂਦੇ ਆ ਤੇ ਆਪਾਂ ਤੇ ਆਪ ਦੇ ਰੱਖੀ ਦੇ। ਅੱਛਾ, ਮਿਸ ਪੂਜਾ, ਮਿਸ ਪੂਜਾ ਤੇ ਗੀਤਾ ਜੈਲਦਾਰ ਜੇ ਕਹਿੰਦੇ ਨੇ ਗਾਣਾ ਮੇਰਾ ਆ, ਤਾਂ ਜੀਤੇ ਜੈਲਦਾਰ ਨੂੰ ਹੀ ਕੋਨੇ ਆ ਨੇ ਬਾਈ ਨੂੰ ਤੇ ਬਾਈ ਤੋਂ ਤੇ ਲਿਖਿਆ ਤੇ ਆ ਪਹਿਲਾਂ ਮੈਂ ਇਹ ਚੇਤਾ ਤੇ ਕਰਦੇ ਰਹੇ, ਚੇਤਾ ਕਰ ਕਰਕੇ ਤੇ ਸਹਿਜੇ ਸਹਿਜੇ ਗਾਉਂਦੇ ਰਹੇ ਤੇ ਹੁਣ ਇਹ ਆਪ ਹੀ ਲਿਖ ਲਿਆ ਪਏ, ਹੈ ਨਾ? ਹਾਂ। ਅੱਛਾ, ਠੀਕ ਆ, ਤੇ ਬਿਲਕੁਲ ਫਿਰ ਤਾਂ ਬਹੁਤ ਸੋਹਣੀ ਗੱਲ ਆ ਜੇ ਤੁਸੀਂ ਆਪ ਲਿਖਦੇ ਆ। ਤੇ ਮੈਂ ਹੋਰ ਗੱਲ, ਮਤਲਬ ਕਦੀ ਇਸ਼ਕ ਹੋਇਆ, ਪਿਆਰ ਹੋਇਆ, ਮੁਹੱਬਤ ਹੋਈ? ਨਹੀਂ ਨਹੀਂ, ਮੁਹੱਬਤ ਵਾਲੇ ਕਿਸੇ ਨਾਲ ਨਹੀਂ ਤੇ ਕਰਨੀ ਵੀ ਨਹੀਂ, ਅਲੇ ਨਹੀਂ ਕਰਨੀ, ਨਹੀਂ ਮੁਹੱਬਤ ਤੇ ਆਪਾਂ ਕਰਨੀ ਨਹੀਂ ਅਲੇ। ਕਿਉਂ, ਇੰਨੀ ਇੰਨੀ ਦੂਰੀ ਕਾਹਤੋਂ ਕੁੜੀਆਂ ਤੋਂ? ਦੂਰੀ ਤੇ ਮੈਡਮ ਜੀ ਇਹੋ ਹੀ, ਜੇ ਫੱਕਰ ਆ ਤੇ ਫੱਕਰ ਬਣ ਕੇ ਤਾਂ ਰਹਿਣਾ ਚਾਹੀਦਾ, ਕਿਸੇ ਨਾਲ ਮਖੌਲ ਨਹੀਂ, ਫੱਕਰ ਤੇ ਫੱਕਰਾਂ ਦੀ ਤੇ ਮਸਤੀ ਆਪਦੀ, ਪਿਆਰ ਮਖੌਲ ਥੋੜੀ ਆ। ਨਾ ਨਾ, ਮੈਂ ਵਿਆਹ ਤੇ ਆਪਾਂ ਕਰਾਉਣਾ ਨਹੀਂ ਅਲੇ, ਹੱਲੇ ਨਹੀਂ ਕਰਾਉਣਾ ਕਿ ਕਦੀ ਨਹੀਂ ਕਰਾਉਣਾ? ਕਦੇ ਨਹੀਂ।
ਅੱਛਾ ਕਦੇ ਨਹੀਂ ਵਿਆਹ ਕਰਾਉਣਾ, ਸੋਨੂੰ ਸੀ ਤੋਂ ਬੜਾ ਇਕੱਲਾ ਹੀ ਰਹੂਗਾ, ਅਤੇ ਜੇ ਕੋਈ ਕੁੜੀ ਆ ਕੇ ਕਹਿ ਦੇਵੇ ਮੈਨੂੰ ਤੁਹਾਡੇ ਨਾਲ ਮੁਹੱਬਤ ਆ, ਆਪਾਂ ਦੇ ਪਹਿਲੇ ਪਿੱਛੇ ਪਿੱਛੇ ਹਟ ਜਾਣਾ, ਉਹਨੂੰ ਪਹਿਲਾਂ ਹੀ ਕਹਿ ਦੇਣਾ। ਹਾਂ, ਜਦੋਂ ਤਾਂ ਆਪਦੇ ਆਪਦੀ ਮੌਤ 'ਚ ਰਹਿਣਾ ਨਾ, ਨਾ ਫਕਰਾਂ ਦੀ ਘਰੇ ਤਾਂ ਗੱਦੀ ਲਾਈ ਦੀ ਆਪਾਂ ਨੇ। ਅੱਛਾ, ਸਰਕਾਰ ਦੀ, ਸਰਕਾਰ ਦੀ ਘਰੇ ਤਾਂ ਗੱਦੀ ਹੈ, ਅਤੇ ਆਪਾਂ ਦੇ ਪਤਾ 24 ਘੰਟੇ ਦੇ ਮਾਂ ਰੱਬ ਰੱਬ ਕਰਨਾ ਹੁੰਦਾ, ਰੱਬ ਰੱਬ ਕਰੀਦਾ ਡੇਲੀ, ਸੁਬਹਾ ਸ਼ਾਮ ਵੀ ਨਾ ਲੈ ਕੇ ਅਤੇ ਤੁਰਨਾ, ਨਾ ਪੀਰਾਂ ਫਕੀਰਾਂ ਦਾ, ਉੱਧਰੋਂ ਮਹਾਰਾਜ ਦੀ ਰਾਜ ਦਾ ਨਾਂ ਲੈ ਕੇ ਅਤੇ ਤੁਰੀਏ, ਅਤੇ ਕੰਮ ਤਾਂ ਸੁੱਧ ਹੋ ਜਾਂਦੇ ਸਾਰੇ। ਸੋ ਹਾਂ, ਮਤਲਬ ਕਿ ਹੁਣ ਅਸੀਂ ਸੋਨੂੰ ਸੀਤੋੜੇ ਦੇ ਗਾਣੇ ਤਾਂ ਬਹੁਤ ਸੁਣੇ ਆ, ਹੈ ਨਾ, ਸੋਸ਼ਲ ਮੀਡੀਆ 'ਤੇ ਵੀ ਬਹੁਤ ਵਾਇਰਲ ਹੁੰਦੇ, ਹੁਣ ਤੁਸੀਂ ਆਪਣਾ ਲਿਖਿਆ ਵੀ ਸਾਨੂੰ ਸੁਣਾ ਦਿੱਤਾ, ਅਤੇ ਮੈਂ ਚਾਹੁੰਦੀ ਹਾਂ, ਮੈਂ ਜਾਣਨਾ ਚਾਹੁੰਦੀ ਹਾਂ ਕਿ ਅੱਗੇ ਦਾ ਕੀ ਪਲੈਨ ਆ ਤੁਹਾਡਾ, ਹੁਣ ਅੱਗੇ ਕੀ ਕਰਨਾ, ਗਾਣੇ ਤਾਂ ਗਾ ਲਏ, ਕੀ ਤੁਸੀਂ ਗਾਹਾਂ ਕੋਈ ਹੋਰ ਪ੍ਰੋਜੈਕਟ ਵੀ ਕਰਨਾ? ਹਾਂਜੀ ਹਾਂਜੀ, ਪ੍ਰੋਜੈਕਟ ਕਰਾਂਗੇ ਮੈਡਮ ਜੀ ਅੱਗੇ ਦਾ ਵੀ। ਕਿਹੜਾ ਪ੍ਰੋਜੈਕਟ ਕਰਨਾ? ਇਹੋ ਬਣਾਵਾਂਗੇ, ਕੁਝ ਤਾਂ ਕੁਝ ਬਣਾਵਾਂਗੇ, ਜਾਂ ਟੈਟੂ ਬਣਾਉਣੇ ਸਿੱਖਾਂਗੇ, ਜਾਂ ਦੁਕਾਨ 'ਤੇ ਕੰਮ। ਮਤਲਬ ਹੈ ਨਾ, ਜੇ ਕਿਸੇ ਨੇ ਟੈਟੂ ਬਣਾਉਣਾ ਤਾਂ ਸੋਨੂੰ ਸੀਤੋ ਵਾਲਾ ਟੈਟੂ ਬਣਾਉਣਾ ਸਿੱਖ ਰਿਹਾ, ਤਾਂ ਤੁਸੀਂ ਟੈਟੂ ਵੀ ਬਣਾ ਸਕਦੇ ਆ, ਅਤੇ ਇਹਨਾਂ ਦੇ ਉਸਤਾਦ ਜੀ ਨੇ ਜਿਹੜੇ, ਹੈ ਨਾ, ਬਲੱਡ ਇੰਕ ਟੈਟੂ ਵਾਲੇ, ਉਹ ਤੁਹਾਨੂੰ ਸਿਖਾਉਂਦੇ ਪਏ ਆ। ਬਲੱਡ ਲਾਈਨ ਇੰਕ ਕਿ ਬਲੱਡ ਇੰਕ ਲਾਈਨ ਆ? ਬਲੱਡ ਲਾਈਨ ਟੈਟੂ ਆ ਉਹਨਾਂ ਦੇ, ਹਾਂ, ਚੋਲਾ ਸਾਹਿਬ ਦੇ ਵਿੱਚ, ਅਤੇ ਉਹਨਾਂ ਤੋਂ ਇਹ ਟੈਟੂ ਸਿੱਖ ਰਹੇ ਨੇ ਬਣਾਉਣੇ। ਸ਼ੌਂਕ ਕਿੱਧਰੋਂ ਪਿਆ ਟੈਟੂ ਸਿੱਖਣ ਦਾ, ਬਣਾਉਣ ਦਾ? ਇਹ ਮੈਡਮ ਜੀ, ਮੈਂ ਤਾਂ ਜਦੋਂ ਵੀਰੋ ਨਹੀਂ ਗਏ ਆ, ਤਾਂ ਪਹਿਲਾਂ ਪਹਿਲਾਂ ਕਿ ਇਹਨੇ ਨਹੀਂ ਬਾਂਹ ਨਹੀਂ ਫੜੀ ਨਹੀਂ ਸੀ, ਇਹਨਾਂ ਨੇ ਫੜੀ ਬਾਂਹ। ਹਾਂ, ਬਾਂਹ ਇਹਨਾਂ ਨੇ ਫੜੀ, ਜੋ ਜੋ ਸੌਦਾ ਪੱਤਾ ਤਾਂ ਘਰੇ ਦੇ ਕੇ, ਕਿ ਖੰਡ ਚਾਹ ਦੇ ਕੇ ਆਉਂਦੇ ਆ ਗੁਰਦੇਵ ਜੀ ਨੇ ਅਤੇ ਗੁਰਪ੍ਰੀਤ ਜੀ ਨੇ, ਹੈ ਨਾ? ਹਾਂਜੀ, ਠੀਕ ਹੈ। ਅਤੇ ਅੱਛਾ, ਫਿਰ ਮੈਂ ਜੇ ਹੁਣ ਇਹ ਘਰੇ ਸੌਦਾ ਪੱਤਾ ਦਿੰਦੇ ਸੀ, ਪਰਿਵਾਰਕ ਹਾਲਾਤ ਤਾਂ ਮਾੜੇ ਹੋਣਗੇ ਜਿਹੜਾ ਇਹਨਾਂ ਨੂੰ ਸੌਦਾ ਪੱਤਾ ਸੁਣਾ, ਹਾਲਾਂਕਿ ਵੀਡੀਓਜ਼ ਦੇ ਵਿੱਚ ਅਸੀਂ ਦੇਖਿਆ ਵੀ ਤੁਹਾਡਾ ਘਰ, ਪਰ ਮੈਂ ਤੁਹਾਡੇ ਮੂੰਹੋਂ ਜਾਣਨਾ ਚਾਹੁੰਦੀ ਕਿ ਤੁਹਾਡੇ ਘਰ ਦੇ ਹਾਲਾਤ ਕੀ ਆ। ਹਾਲਾਤ ਇਹੋ ਹੀ ਆ, ਜਾਂ ਨਾ ਨਾ ਕੋਈ ਸਾਡੇ ਸਾਡੀ ਸਾਡੀ ਸੁਣਦਾ ਅਤੇ ਨਾ ਸੁਣਾਈ ਕਰਦਾ ਕੋਈ। ਕਿਉਂ? ਇਸ ਤਰ੍ਹਾਂ ਮੈਡਮ ਜੀ, 5 ਮਰਲੇ ਥਾਂ ਵਾ, ਵਾ ਦੂਜੀ ਸਾਡੇ ਸਾਡੇ ਘਰ ਲਾਗੋਂ, ਅਤੇ ਨਾ ਨਾ ਲੈਣ ਅਤੇ ਨਾ ਟਰਾਂਸਫਾਰਮ ਰੱਖੇ ਜਾਂਦੇ ਆ, ਅਤੇ ਨਾ ਸਾਨੂੰ ਤਾਂ ਥੋੜ੍ਹੀ ਜਿਹੀ ਉਹ ਗਲੀ ਆ, ਗਲੀ ਵੀ ਨਹੀਂ ਉਹ ਛੱਡਦੇ, ਅਤੇ ਗਲੀ ਵੀ ਤਾਂ ਉੱਨੀ ਕੁ ਆ, ਕਿਉਂਕਿ ਜਿੰਨੀ ਕੁ ਗਲੀ 'ਚ ਗਲੀ 'ਚ ਤਾਂ ਰਹਿਣਾ ਨਾ ਬਹਿਣਾ, ਨਾ ਉੱਨਾ ਕੁ ਥਾਂ ਵਾ, ਵਾ ਉੱਨੇ ਕੁ ਕਿੰਨੇ ਕਮਰੇ ਨੇ? ਉਹ 'ਚ ਤਾਂ 30-30 ਲੈਂਟਰ 'ਤੇ ਪਾਇਆ, 2 ਪਹਿਲਾਂ ਸੀ, ਹੁਣ 3 ਆ। ਅੱਛਾ, ਮਤਲਬ 3 ਕਮਰੇ ਨੇ ਟੋਟਲ, ਇੱਕ ਸਰਕਾਰ ਨੇ ਪਾ ਕੇ ਦਿੱਤਾ ਆਪਦੇ ਨੂੰ। ਅੱਛਾ, ਠੀਕ ਆ। ਅਤੇ ਕੀ ਸੋਚਿਆ ਹੁਣ ਘਰ ਦੇ ਵਿੱਚ ਹਾਲਾਤ ਸੁਧਾਰਨ ਬਾਰੇ? ਟੈਟੂ ਤਾਂ ਬਣਾਉਣੇ ਹੀ ਆ, ਅਤੇ ਅੱਗੇ ਹੁਣ ਤੁਸੀਂ ਟੈਟੂ ਤੋਂ ਇਲਾਵਾ ਕਿਹੜਾ ਕੰਮ ਕਰਨਾ ਜਿਹਨਾਂ ਘਰ ਦੇ ਹਾਲਾਤ ਸੁਧਰਨਗੇ? ਇਹੋ ਮੈਂ ਤਾਂ ਵੇਖਣ ਦਿਆ, ਘਰ ਘਰ ਵਾਲੇ ਸੁਧਰਨ, ਸਾਰਾ ਕੁਛ ਮਿਲੂਗਾ, ਜੇ ਚਾਹੁਣਗੇ ਤਾਂ ਚੰਗਾ ਗਾ ਦੇਈ ਜਾਵਾਂਗੇ ਖਰਚਾ ਵਰਚਾ। ਅੱਛਾ, ਚੌਥ ਤੋਂ ਬਾਅਦ ਤਾਂ ਜਿਹੜੀ ਗੱਲ ਹੋਊਗੀ ਤਾਂ ਘਰਦਿਆਂ ਨਾਲ ਸਹਿਮਤੀ ਨਾਲ, ਘਰਦਿਆਂ ਨੂੰ ਕੁਛ ਤਾਂ ਕੁਛ ਪਤਾ ਤਾਂ ਲੱਗੂਗਾ
ਕੋਈ ਵੀ ਨਹੀਂ ਕਰ ਕਰਦੇ ਆ ਕਰਦੇ ਨੂੰ ਤੁਸੀਂ ਕਿਹਾ ਕਿ ਕਰਦੇ ਸੁਧਰਨਗੇ ਕੀ ਹੋਇਆ ਕਰਦੇ ਤੁਹਾਡੇ ਨਾਲ ਲੜਦੇ ਕਿ ਤੁਸੀਂ ਕਰਦੇ ਦੇ ਨਾਲ ਕਰਦੇ ਹੋ ਕਰਦੇ ਨਾ ਕਰਦੇ ਰੌਲਾ ਪਾਉਂਦੇ ਆ ਜੋ ਉਤੋਂ ਬਾਅਦ ਤੇ ਜਦੋਂ ਬਾਪੂ ਦਾਰੂ ਪੀ ਕੇ ਆ ਜਾਂਦਾ ਅੱਛਾ ਮਤਲਬ ਤੁਹਾਡੇ ਫਾਦਰ ਸਾਹਿਬ ਦਾਰੂ ਪੀਂਦੇ ਆ ਹਾਂਜੀ ਤੇ ਤੁਸੀਂ ਨਸ਼ੇ ਪੱਤੇ ਤੋਂ ਦੂਰ ਹਾਂਜੀ ਹਾਂਜੀ ਆਪਾਂ ਤੇ ਮੈਡਮ ਜੀ ਦੂਰ ਆ ਬੇਨਤੀ ਕਰਦਾ ਤੇ ਸਰਕਾਰ ਨੂੰ ਹੀ ਕਹਿੰਦਾ ਨਾ ਬੰਦ ਬੰਦ ਕਰਨ ਨਸ਼ੇ ਨਸ਼ੇ ਵਾਲਿਆਂ ਨੂੰ ਭਰਾਵਾਂ ਨੂੰ ਆ ਤੇ ਉਹਨਾਂ ਨੂੰ ਚੁੱਕਣ ਜਿਹੜੇ ਨਸ਼ੇ ਕਰਦੇ ਤੇ ਇਹੋ ਮੇਰੇ ਵੱਲੋਂ ਬੇਨਤੀ ਆ ਤੇ ਨਸ਼ੇ ਵਾਲਿਆਂ ਨੂੰ ਨਸ਼ਾ ਛਡਾਊ ਜਾਂ ਨਸ਼ਾ ਬੰਦ ਕਰਾਉਣ ਜਾਂ ਬੰਦ ਕਰ ਦੇਣ ਨਸ਼ਾ ਗਾਣਾ ਸੁਣ ਲਈਏ ਵੀ ਹੁਣ ਆਪਾਂ ਬਹੁਤ ਸੀਰੀਅਸ ਗੱਲਾਂ ਹੋ ਗਈਆਂ ਹੁਣ ਮਨੋਰੰਜਨ ਵੀ ਕਰਦੀ ਹੈ ਲੋਕਾਂ ਦਾ ਕਰ ਦਿੰਦੇ ਮੈਡਮ ਹਾਂਜੀ ਸੁਣਾ ਦਿਓ ਗਾਣਾ ਹਾਂ ਤੇਰੇ ਗੁੱਟ ਨੂੰ ਕਵਾ ਸਰਦਾ ਹਰ ਨੀਏ ਹਾਂ ਡਾਇਮੰਡ ਦੀ ਚਾਂਜਰ ਪਾ ਦਾਂਗੇ ਉਹ ਤੇਰੇ ਗੁੱਟ ਨੂੰ ਕਵਾ ਸਰਦਾ ਹਰ ਨੀਏ ਔਰ ਡਾਇਮੰਡ ਦੀ ਚਾਂਜਰ ਪਾ ਦਾਂਗੇ ਔਰ ਤੇਰੇ ਗੁੱਟ ਨੂੰ ਕਵਾ ਸਰਦਾ ਹਰ ਨੀਏ ਔਰ ਡਾਇਮੰਡ ਦੀ ਚਾਂਜਰ ਪਾ ਦਾਂਗੇ ਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਤੁਸੀਂ ਇੱਦਾਂ ਹੀ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ 'ਤੇ ਪਾਉਂਦੇ ਰਹੋ ਅਤੇ ਲੋਕਾਂ ਦਾ ਮਨੋਰੰਜਨ ਕਰਦੇ ਰਹੋ ਅਤੇ ਲੋਕ ਤੁਹਾਨੂੰ ਇੱਦਾਂ ਹੀ ਪਿਆਰ ਕਰਦੇ ਰਹਿਣ ਅਤੇ ਬਿਲਕੁਲ ਕਰਦੇ ਹਾਲਾਤ ਜਿਹੜੇ ਨੇ ਉਹ ਜ਼ਰੂਰ ਸੁਧਰਨ ਅਤੇ ਤੁਸੀਂ ਪ੍ਰੇਮ ਪਿਆਰ ਦੇ ਨਾਲ ਰਹੋ ਅਤੇ ਤੁਹਾਡਾ ਸਾਥ ਬਣਿਆ ਰਹੇ ਅਤੇ ਤੁਸੀਂ ਇੱਦਾਂ ਹੀ ਇਹਨਾਂ ਨੂੰ ਸਪੋਰਟ ਕਰਦੇ ਰਹੋ ਅਤੇ ਉਮੀਦ ਆਸ ਕਰਦੇ ਹਾਂ ਕਿ ਹੌਲੀ ਹੌਲੀ ਅਸੀਂ ਸੋਨੂੰ ਸੀ ਤੋਂ ਵਾਲਾ ਬਹੁਤ ਅੱਗੇ ਦੇਖਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਸੋਨੂੰ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਅਤੇ ਸਾਡੇ ਨਾਲ ਗੱਲ ਕੀਤੀ ਥੈਂਕ ਯੂ ਜੀ ਧੰਨਵਾਦ ਜੀ ਆਇਆਂ ਨੂੰ ਮੇਰੇ ਵੱਲੋਂ ਅਤੇ ਸਪੋਰਟਰਸ ਨੂੰ ਵੀ ਮੈਸੇਜ ਦੇ ਦਿਓ ਹੁਣ ਜਿਹੜੇ ਤੁਹਾਨੂੰ ਸਪੋਰਟ ਕਰਦੇ ਕੁਛ ਨਾ ਕੁਛ ਕਹਿ ਦਿਓ ਉਹਨਾਂ ਨੂੰ ਵੀ ਜਿਹੜੇ ਆ ਵੀਰੋ ਨਹੀਂ ਆ ਸਪੋਰਟ ਕਰਨ ਦੇ ਅਤੇ ਉਹਨਾਂ ਨੂੰ ਵੀ ਧੰਨਵਾਦ ਆ ਅਤੇ ਬਾਈ ਉਹਨਾਂ ਦਾ ਵੀ ਅਤੇ ਉਸਤਾਦ ਦਾ ਮੇਰੇ ਦਾ ਆ ਵੀਰ ਦਾ ਵੀ ਦਾ ਧੰਨਵਾਦ ਦੁਬਈ ਦਾ ਵੀ ਅਤੇ ਮੈਂ ਦਿਲੋਂ ਤਾਂ ਸਾਰੀ ਸਾਰਿਆਂ ਨੂੰ ਕਹਿੰਦਾ ਦਾ ਜਿੰਨੀਆਂ ਕਨੇਡਾ ਤਾਂ ਆਈ ਹੈ ਅਤੇ ਵਰਲਡ ਤਾਂ ਆਈ ਹੈ ਅਤੇ ਘੁੰਮ ਰਹੀ ਆ ਅਤੇ ਵੀਡੀਓ ਸਾਰਿਆਂ ਨੂੰ ਵੀਡੀਓ ਵਾਲਿਆਂ ਨੂੰ ਵੀ ਆਪਣੇ ਵੱਲੋਂ ਇਹਨਾਂ ਨੂੰ ਵੀ ਮੈਡਮ ਹੋਣਾਂ ਨੂੰ ਵੀ ਜੀ ਆਇਆਂ ਨੂੰ ਧੰਨਵਾਦ ਵੀਰੇ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਨੇ ਸੋਨੂ ਸੀਤੋਵਾਲਾ ਜਿਹਨਾਂ ਦੇ ਘਰ ਦੇ ਹਾਲਾਤਾਂ ਬਾਰੇ ਉਹਨਾਂ ਦੀ ਖੁਦ ਦੀ ਹਾਲਤ ਬਾਰੇ ਤੁਸੀਂ ਦੇਖਿਆ ਉਹ ਕਿਵੇਂ ਅੱਗੇ ਵੱਧ ਰਹੇ ਨੇ ਉਹਨਾਂ ਦੀ ਕਿਹੜੀ ਕੌਣ ਲੋਕ ਸਪੋਰਟ ਦੇ ਵਿੱਚ ਆ ਰਹੇ ਨੇ ਅਤੇ ਕਿਵੇਂ ਕਿਵੇਂ ਉਹ ਹਾਲਾਤ ਸੁਧਾਰਨ ਬਾਰੇ ਸੋਚ ਰਹੇ ਨੇ ਸੋ ਸਾਨੂੰ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਰਿਤਿਕ ਦੇ ਨਾਲ ਮੈਂ ਅਮਨਦੀਪ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ